ਇਹ ਪਾਰਦਰਸ਼ੀ ਬੁਲਬੁਲਾ ਇੱਕ ਵਿਸ਼ਾਲ ਸਾਬਣ ਦੇ ਘੁੰਮਣ ਵਾਲੇ ਬੁਲਬੁਲੇ ਵਾਂਗ ਹੈ। ਇੱਕ ਪੁਰਾਣੀ ਪਾਰਦਰਸ਼ੀ ਸ਼ੀਟ, ਦੋ ਐਲੂਮੀਨੀਅਮ ਮੋਮਬੱਤੀ ਸਟੈਂਡ ਅਤੇ ਇੱਕ ਡੰਡੀ ਲਵੋ। ਸ਼ੀਟ ਵਿੱਚੋਂ 20 ਲੜੀਆਂ ਕੱਟ ਲਵੋ ਜੋ 20 ਸੈਂਟੀਮੀਟਰ ਲੰਬੀਆਂ ਅਤੇ 2 ਸੈਂਟੀਮੀਟਰ ਚੌੜੀਆਂ ਹੋਣ। ਇੱਕ ਬੇਕਾਰ ਮੋਮਬੱਤੀ ਕੱਪ ਲੈ ਕੇ 8 ਕੱਟ ਉਸ ਦੇ ਕੰਢਿਆਂ 'ਤੇ ਲਗਾਓ ਅਤੇ ਕੇਂਦਰ ਵੱਲ ਇੱਕ ਮੋਰੀ ਕਰੋ। ਇੱਕ ਸਖਤ ਸਟਰਾਅ ਕੱਪ ਦੇ ਅੰਦਰ ਪਾਓ। ਇਹ ਸਟਰਾਅ ਬੁਸ਼ ਬੇਅਰਿੰਗ ਵਾਂਗ ਕੰਮ ਕਰੇਗੀ। ਪਾਰਦਰਸ਼ੀ ਲੜੀ ਦਾ ਇੱਕ ਸਿਰਾ ਇੱਕ ਪੱਤੀ 'ਤੇ ਰੱਖੋ ਅਤੇ ਇੱਕ ਐਲੂਮੀਨੀਅਮ ਦੀ ਪੱਤੀ 'ਤੇ ਰੱਖੋ ਅਤੇ ਜੋੜ ਦੇਵੋ। ਅਜਿਹੀਆਂ 8 ਪੱਤੀਆਂ ਰੰਗਦਾਰ ਟੇਪਾਂ ਨਾਲ ਚਿਪਕਾਓ ਅਤੇ ਇਹਨਾਂ ਨੂੰ ਸੋਨਾ ਬਣਾਓ ਅਤੇ ਕੱਟ ਦਾ ਦੂਜਾ ਸਿਰਾ ਦੂਜੇ ਕੱਟ ਨਾਲ ਜੋੜੋ। ਇੱਕ ਸਾਈਕਲ ਚੱਕੇ ਦੀ ਗੱਜ ਇਹਨਾਂ ਸਟਰਾਅ ਹੈਂਡਲਾਂ ਵਿੱਚ ਪਰੋ ਦਿਓ ਅਤੇ ਹਰ ਇੱਕ ਐਲੂਮੀਨੀਅਮ ਪੱਤੀ ਨੂੰ ਖਿੱਚ ਕੇ ਇੱਕ ਬਲੇਡ ਦਾ ਆਕਾਰ ਦਿਓ। ਇਸ ਨਾਲ ਇੱਕ ਕੁਸ਼ਲ ਪ੍ਰੋਪੈਲਰ ਬਣ ਜਾਵੇਗਾ ਅਤੇ ਪੱਖੇ ਥੱਲੇ ਰੱਖ ਕੇ ਤੁਸੀਂ ਦੇਖੋਗੇ ਕਿ ਸੋਹਣੀ ਤਰ੍ਹਾਂ ਘੁੰਮਦਾ ਹੈ।